ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਕਰਦੇ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅੱਜ ਆਪਾਂ ਗੱਲ ਕਰਨੀ ਆ ਵੀਡੀਓ ਦੇ ਵਿੱਚ ਸੂਟਾਂ ਦੀ, ਸੂਟ ਕਿਹੜੇ ਸੋਹਣੇ ਸੋਹਣੇ ਜਿਹੜੇ ਬੁਟੀਕ ਦੇ ਸਾਡੇ ਆਪਣੇ ਰੈਡੀ ਹੁੰਦੇ ਆ, ਅਤੇ ਅੱਜ ਤੁਹਾਨੂੰ ਮੈਂ ਦਿਖਾਉਂਦਾ ਅੱਜ ਦੇ ਸਾਰੇ ਸੂਟ ਜਿਹੜੇ ਆਪਾਂ ਰੈਡੀ ਕੀਤੇ ਆ। ਕੁਝ ਜਿਹੜੇ ਉਹ ਕਸਟਮਰ ਦੇ ਨਾਲ ਦੀ ਨਾਲ ਹੀ ਭੇਜ ਦਿੱਤੇ ਆ, ਅਤੇ ਕੁਝ ਜਿਹੜੇ ਸੂਟ ਆ ਸਟਿੱਚ ਹੋਣ ਲਈ ਗਏ ਆ, ਅਤੇ ਕੁਝ ਜਿਹੜੇ ਉਹ ਰੈਡੀ ਹੋਣ ਡਏ ਆ। ਅਤੇ ਆ ਜਾਓ ਆਪਾਂ ਅੱਜ ਗੱਲ ਕਰਦੇ ਹਾਂ ਸੋਹਣੇ ਸੋਹਣੇ ਸੂਟਾਂ ਦੀ, ਅਤੇ ਵੀਡੀਓ ਸ਼ੁਰੂ ਕਰਦੇ ਹਾਂ। ਕੁਝ ਤੁਹਾਨੂੰ ਮੈਂ ਦਿਖਾਉਂਦਾ ਸੂਟ ਆ। ਹਾਂਜੀ, ਇਹ ਤੁਸੀਂ ਵੇਖ ਸਕਦੇ ਜੇ ਜਿੱਦਾਂ ਇਹ ਡਿਜ਼ਾਇਨ ਜਿਹੜਾ ਰੈਡੀ ਹੋਣ ਡਿਆ ਆ, ਇਹ ਬਹੁਤ ਹੀ ਸੋਹਣਾ ਡਿਜ਼ਾਇਨ ਆ ਸੂਟ ਦਾ। ਇਹਦਾ ਫੁੱਲ ਡਿਜ਼ਾਇਨ ਜਿਹੜਾ ਤੁਹਾਨੂੰ ਮੈਂ ਉਹਦੀ ਫੋਟੋ ਦਿਖਾਉਣਾ, ਸੇਮ ਉਹੀ ਡਿਜ਼ਾਇਨ ਜਿਹੜਾ ਆਪਾਂ ਰੈਡੀ ਕੀਤਾ ਆ। ਇਹਦਾ ਘੇਰੇ ਦੇ ਉੱਤੇ ਡਿਜ਼ਾਇਨ ਹੁੰਦਾ, ਅਤੇ ਇਹਦੀਆਂ ਬਾਹਾਂ ਅਤੇ ਨਾਲ ਪਹੁੰਚਿਆਂ ਦੇ ਉੱਤੇ, ਇਹਦੇ ਨੈੱਕ ਦੇ ਉੱਤੇ ਕੋਈ ਡਿਜ਼ਾਇਨ ਨਹੀਂ ਗਾ। ਬਹੁਤ ਜ਼ਿਆਦਾ ਸੋਹਣਾ ਡਿਜ਼ਾਇਨ ਹੈ, ਬੜਾ ਵਾਇਰਲ ਡਿਜ਼ਾਇਨ ਹੈ, ਇੰਟਰਨੈਟ ਦੇ ਉੱਤੇ ਤੁਸੀਂ ਵੇਖਿਆ ਹੀ ਹੋਊਗਾ। ਆਹ ਵਾਲਾ ਸੇਮ ਡਿਜ਼ਾਇਨ ਇੱਦਾਂ ਰੈਡੀ ਹੋਣਾ ਹੈ, ਅਤੇ ਇਹਦੀਆਂ ਆਹ ਤੁਸੀਂ ਬਾਹਾਂ ਵੇਖ ਸਕਦੇ, ਬਾਹਾਂ ਦੇ ਉੱਤੇ ਇਕੱਲਾ ਇੱਕ ਫਲਾਵਰ ਸੀ। ਆਪਾਂ ਇਹਨੂੰ ਫਲਾਵਰ ਨੂੰ ਜਿਹੜਾ ਆ ਥੋੜ੍ਹਾ ਜਿਹਾ ਇਹਦੇ ਵਿੱਚ ਚੇਂਜ ਲਿਆਉਂਦੀਆਂ ਸੀ, ਉਹ ਕੀ ਨੇ ਕਿ ਆਹ ਦੋ ਵੇਲਾਂ ਜਿਹੜੀਆਂ ਇਹ ਆਪਾਂ ਐਡ ਕਰਦੇ ਹਾਂ ਇਹਦੇ ਨਾਲ, ਜਿੱਦਾਂ ਜਿਹੜਾ ਆ ਕਿ ਬਾਹਾਂ ਦਾ ਅਤੇ ਪੌਂਚਿਆਂ ਦਾ ਡਿਜ਼ਾਇਨ ਬਣ ਜੂਗਾ। ਉੱਦਾਂ ਜਸਟ ਸਿੰਪਲ ਸੀਗਾ ਬਾਹਾਂ ਦੇ ਉੱਪਰ। ਹੁਣ ਤੁਸੀਂ ਵੇਖ ਸਕਦੇ ਜੇ ਇਹ ਜਿਹੜਾ ਡਿਜ਼ਾਇਨ ਆ, ਇਹ ਹੁਣ ਤਿਆਰ ਹੋਣ ਡਿਆ ਬਾਹਾਂ ਦੇ ਉੱਪਰ, ਅਤੇ ਇੱਧਰਲੀ ਸਾਈਡ ਆ ਜਿਹੜੀ ਆ ਇਹਦੀ ਰੈਡੀ ਹੋ ਗਈ ਆ, ਅਤੇ ਆਹ ਜਿਹੜਾ ਆ ਇਹ ਘੇਰੇ ਦਾ ਆ। ਘੇਰਾ ਤੁਸੀਂ ਆਪਣਾ ਸਾਈਜ਼ ਦੱਸ ਕੇ ਆਪਣੀ ਮੈਜ਼ਰਮੈਂਟ ਦੇ ਕੇ ਜਿਹੜਾ ਇਹ ਰੈਡੀ ਕਰਵਾ ਸਕਦੇ ਜੀ। ਇਹ ਸੋਹਣਾ ਜਿਹਾ ਡਿਜ਼ਾਇਨ ਜਿਹੜਾ ਇਹ ਰੈਡੀ ਹੋਣ ਡਿਆ, ਤੁਸੀਂ ਚੈੱਕ ਕਰ ਸਕਦੇ, ਇਹ ਤੁਹਾਡੇ ਸਾਹਮਣੇ ਲਾਈਵ ਚੱਲਣ ਡਿਆ ਆ। ਅਤੇ ਇਹਦੇ ਵਿੱਚ ਇੱਕ ਹੋਰ ਸੂਟ ਰੈਡੀ ਆ, ਇਹ ਬਿਨਾਂ ਦੁਪੱਟੇ ਤੋਂ ਨੇ ਇਸ ਟਾਈਮ ਦੇ ਉੱਤੇ, ਦੁਪੱਟੇ ਇਹਨਾਂ ਦੇ ਨਾਲ ਆਪਾਂ ਮੈਚ ਕਰਨੇ ਆ। ਡਾਈ ਹੋਣ ਲਈ ਵੀ ਗਏ ਕੁਝ ਦੁਪੱਟੇ, ਕੁਝ ਜਿੱਦਾਂ ਇਹਨਾਂ ਦੇ ਨਾਲ ਜਿੱਦਾਂ ਦੇ ਕਸਟਮਰ ਕਹਿਣਗੇ ਆਪਾਂ ਉੱਦਾਂ ਦੇ ਦੇ ਦਾਂਗੇ। ਇੱਕ ਸੂਟ ਤੁਸੀਂ ਆਹ ਵੇਖ ਸਕਦੇ ਜੇ ਇਹ ਰੈਡੀ ਹੋਇਆ, ਇਹ ਸਟਿੱਚ ਕੀਤਾ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ, ਅਤੇ ਇਹ ਬਾਹਾਂ ਦੇ ਉੱਤੇ ਡਿਜ਼ਾਈਨ ਇਹਦੇ ਬੜਾ ਸੋਹਣਾ ਅਤੇ ਬੜਾ ਹੈਵੀ ਡਿਜ਼ਾਈਨ ਹੈ ਇਹਦਾ। ਅਤੇ ਆਹ ਜਿਹੜਾ ਇਹ ਪਹੁੰਚਿਆਂ ਦੇ ਉੱਤੇ, ਅਤੇ ਆਹ ਵਾਲਾ ਜਿਹੜਾ ਡਿਜ਼ਾਇਨ ਹੈ ਘੇਰੇ ਵਾਲਾ, ਆਹ ਫੁੱਲ ਡਿਜ਼ਾਇਨ ਜਿਹੜਾ ਆ ਇਹਨੂੰ ਆਪਾਂ ਪਹੁੰਚਿਆਂ ਦੇ ਉੱਪਰ ਵੀ ਪਾਇਆ ਆ, ਅਤੇ ਬਾਹਾਂ ਦੇ ਉੱਪਰ ਵੀ। ਇਹਦੇ ਵੀ ਨੈੱਕ ਦੇ ਉੱਤੇ ਜਿਹੜਾ ਆ ਕੋਈ ਡਿਜ਼ਾਇਨ ਨਹੀਂ ਗਾ। ਨੈੱਕ ਦੀ ਚੋਇਸ ਤੁਹਾਡੀ ਆਪਣੀ ਆ, ਕਸਟਮਰ ਦੀ ਚੋਇਸ ਆ। ਜੇ ਚਾਹੋਗੇ ਤਾਂ ਨੈੱਕ ਦਾ ਡਿਜ਼ਾਇਨ ਵੀ ਬਣ ਜੂਗਾ, ਨਹੀਂ ਤਾਂ ਘੇਰੇ ਦੇ ਡਿਜ਼ਾਇਨ ਜਿਹੜੇ ਆ ਉਹ ਤਾਂ ਸੋਹਣੇ ਸੋਹਣੇ ਰੈਡੀ ਹੋਣ ਹੀ ਡਏ ਆ, ਪਲੱਸ ਬਾਹਾਂ ਅਤੇ ਬੋਟਮ ਜਿਹੜੇ ਇਹ ਵੀ ਰੈਡੀ ਹੋਣ ਡਏ। ਹੁਣ ਇਹਦੇ ਨਾਲ ਦੁਪੱਟਾ ਜਿਹੜਾ ਆ ਉਹ ਹੈਗਾ ਆ ਚਨੌਨ ਦਾ, ਅਤੇ ਇਹ ਸੂਟ ਅਤੇ ਦੁਪੱਟਾ ਅਤੇ ਡਿਜ਼ਾਇਨ ਸਾਰਾ ਕੁਝ ਪਾ ਕੇ, ਆਹ ਵਾਲਾ ਸਟੱਫ ਜਿਹੜਾ ਆ ਇਹ ਹੈਗਾ ਮਸਲੀਨ ਦੇ ਵਿੱਚ, ਅਤੇ ਬੜਾ ਸ਼ਾਨਦਾਰ ਸਟੱਫ ਆ। ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਤੁਹਾਨੂੰ, ਚਾਰ ਕਲਰ ਨੇ ਇਹਦੇ ਵਿੱਚ, ਅਤੇ ਆਹ ਵਾਲੇ ਜਿਹੜੇ ਕਲਰ ਆ ਇਹ ਸਾਰੇ ਸੋਲਡ ਆਊਟ ਹੋ ਗਏ, ਇਹ ਖਤਮ ਹੋ ਗਿਆ ਗੋਲਡਨ ਕਲਰ ਜਿੰਨਾ ਵੀ ਹੈ। ਇਹ 'ਚ 8-10 ਸੂਟ ਸੀਗੇ, ਸਾਰੇ ਸੇਲ ਹੋ ਗਏ ਆ। ਪਲੇਨ ਕੱਪੜਾ ਜਿਹੜਾ ਉਹ ਬੁਟੀਕਾਂ ਵਾਲੀਆਂ ਭੈਣਾਂ ਲੈ ਗਈਆਂ। ਅਤੇ ਫਿਲਹਾਲ ਆਪਣੇ ਕੋਲ ਇਹਦੇ ਵਿੱਚ 3 ਕਲਰ ਹੋਰ ਆ, ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਹਦੇ ਵੀਡੀਓ ਦੇ ਵਿੱਚ ਹੀ। ਅਤੇ ਇਹਦੇ ਉੱਤੇ ਤੁਸੀਂ ਰੈਡੀ ਕਰਾ ਲਿਓ ਡਿਜ਼ਾਇਨ ਜਿੱਦਾਂ ਦਾ ਮਰਜ਼ੀ, ਅਤੇ ਇਹ ਤੁਹਾਨੂੰ ਵਿਦ ਦੁਪੱਟਾ ਜਿਹੜਾ ਸੂਟ ਆ, ਦੁਪੱਟੇ ਦੇ ਉੱਪਰ ਲੈਸ ਲੱਗੀ ਆ, ਵਿਦਆਊਟ ਸਟਿਚਿੰਗ ਜਿਹੜਾ ਆ ਸੂਟ ਤੁਹਾਨੂੰ ਇਹ ਪਊਗਾ। ਵਿਦ ਦੁਪੱਟਾ ਸੂਟ ਜਿਹੜਾ ਵਿਦਆਊਟ ਸਟਿਚਿੰਗ ਆ, ਵਿਦ ਡਿਜ਼ਾਇਨ, ਵਿਦ ਫੈਬਰਿਕ ਸਾਰਾ ਕੁਝ ਜਿਹੜਾ ਪਾ ਕੇ ਤੁਹਾਨੂੰ ਪਊਗਾ 1875 ਰੁਪਈਆਂ ਦਾ, ਅਤੇ ਸਟਿਚਿੰਗ ਜਿਹੜੀ ਜੇ ਉਹ ਐਕਸਟਰਾ ਇਹਦੇ ਵਿੱਚ। ਇਹ ਕਸਟਮਰ ਦਾ ਸੋਹਣਾ ਜਿਹਾ ਸੂਟ ਜਿਹੜਾ ਇਹ ਰੈਡੀ ਹੋਇਆ। ਇਹਦੇ ਵਿੱਚ ਇੱਕ ਹੋਰ ਸੂਟ ਸੀਗਾ ਸੇਮ ਡਿਜ਼ਾਇਨ ਦੇ ਵਿੱਚ, ਉਹ ਵੀ ਆਪਾਂ ਰੈਡੀ ਕੀਤਾ ਸੀਗਾ, ਸੋਰੀ ਸੇਮ ਫੈਬਰਿਕ ਅਤੇ ਡਿਜ਼ਾਇਨ ਦੂਜਾ ਸੀ ਉਹਦੇ ਵਿੱਚ, ਅਤੇ ਉਹ ਜਿਹੜਾ ਸੀਗਾ ਉਹ 1550 ਦੀ ਰੇਂਜ ਦੇ ਵਿੱਚ ਸੀਗਾ। ਅਤੇ ਹੁਣ ਆਹ ਵਾਲਾ ਜਿਹੜਾ ਡਿਜ਼ਾਇਨ ਹੈ ਇਹ ਰੈਡੀ ਹੋਣ ਡਿਆ। ਹੁਣ ਸਾਰੇ ਭੈਣ ਭਰਾ ਤੁਸੀਂ ਇਹਦਾ ਵੀ ਰੇਟ ਪੁੱਛੋਗੇ, ਇਹਦਾ ਰੇਟ ਜਿਹੜਾ ਇਹਦਾ ਵੀ ਸੇਮ ਹੀ ਆਉਣਾ 1875 ਰੁਪਈਏ। ਇਹਦੇ ਵੀ ਡਿਜ਼ਾਇਨ ਬਹੁਤ ਜ਼ਿਆਦਾ ਹੈਵੀ ਡਿਜ਼ਾਇਨ ਹੈ, ਅਤੇ ਇੱਧਰੋਂ ਘੇਰੇ ਦੇ ਉੱਤੇ ਵੀ ਡਿਜ਼ਾਇਨ ਹੈ ਇਹਦੇ, ਪਲੱਸ ਇਹਦੀਆਂ ਬਾਹਾਂ ਅਤੇ ਇਹਦੀ ਜਿਹੜੀ ਨਾਲ ਬੋਟਮ ਹੈ ਉਹ ਵੀ ਬਣਨੀ ਹੈ। ਆਹ ਤੁਸੀਂ ਥੋੜ੍ਹੇ ਦਿਨ ਪਹਿਲਾਂ ਵੀ ਵੀਡੀਓ 'ਚ ਵੇਖਿਆ ਸੀ ਸੂਟ, ਅਤੇ ਇਹ ਜਿਹੜਾ ਸੂਟ ਆ ਇਹ ਵੀ ਜਿਹੜਾ ਆ ਇਹਦੀਆਂ ਬਾਹਾਂ ਦੇ ਨਾਲ ਰੈਡੀ ਹੋਇਆ, ਅਤੇ ਇਹ ਬਹੁਤ ਸੋਹਣੀਆਂ ਜਿਹੜੀਆਂ ਮੈਚਿੰਗਾਂ ਇਹਦੀਆਂ। ਇਹ ਹੈਗਾ ਸੀ ਜੋਰਜੱਟ ਦੇ ਉੱਪਰ, ਅਤੇ ਇਹ ਜਿਹੜਾ ਬਿਨਾਂ ਦੁਪੱਟੇ ਤੋਂ ਹੀ ਫਿਲਹਾਲ ਜਿਹੜੇ ਸੂਟ ਰੈਡੀ ਹੋਣ ਡੇ ਸਾਰੇ ਬਿਨਾਂ ਦੁਪੱਟੇ ਤੋਂ ਹੀ ਆ, ਕਿਉਂਕਿ ਦੁਪੱਟੇ ਕਸਟਮਰ ਦੀ ਚੋਇਸ ਦੇ ਹੁੰਦੇ ਆ, ਕਿਉਂਕਿ ਕਸਟਮਰ ਆਪਣੀ ਚੋਇਸ ਦੇ ਦੁਪੱਟੇ ਦੱਸਦਾ,
ਢੈਬੀ ਦਾ ਲੈਣਾ, ਚਨੌਨ ਦਾ ਲੈਣਾ, ਪਿਓਰ ਦਾ ਲੈਣਾ ਆ, ਜਾਂ ਕੋਟਾ ਡੋਰੀਆ, ਜੋ ਵੀ ਆ, ਮਤਲਬ ਉਹ ਸਾਰਾ ਕੁਛ ਜਿਹੜਾ ਕਸਟਮਰ ਦੀ ਚੋਇਸ ਆ। ਆਹ ਵੀ ਸੂਟ ਜਿਹੜਾ ਤੁਸੀਂ ਵੇਖਿਆ, ਇਹ ਵੀ ਉਦਣ ਵੀਡੀਓ 'ਚ ਵੇਖਿਆ ਨਾ ਤੁਸੀਂ, ਇਹ ਵੀ ਜਿਹੜਾ ਆਪਾਂ ਰੈਡੀ ਕਰਨ ਡੇ ਹਾਂ, ਇਹ ਵੀ ਰੈਡੀ ਕਰਨ ਡੇ ਹਾਂ। ਇਹਦੀ ਵੀ ਬੋਟਮ ਅਤੇ ਬਾਹਾਂ ਦੇ ਉੱਤੇ ਵਰਕ ਰਹਿੰਦਾ ਹੋਣ ਵਾਲਾ, ਕਿਉਂਕਿ ਇਹ ਸੂਟ ਜਿਹੜਾ ਆ ਇਹ ਘਰ ਸਾਡੀ ਮੈਡਮ ਦਾ ਰੈਡੀ ਹੋਣ ਡਿਆ, ਅਤੇ ਵਿੱਚ ਔਡਰ ਜਿੱਦਾਂ ਕਸਟਮਰ ਕਈ ਕਾਲੇ ਪੈ ਜਾਂਦੇ ਆ, ਸਾਨੂੰ ਕਹਿ ਦਿੰਦੇ ਪਹਿਲਾਂ ਸਾਡਾ ਔਡਰ ਰੈਡੀ ਕਰ ਦਿਓ, ਅਤੇ ਆਪਾਂ ਜਿਹੜਾ ਆ ਇਹ ਔਡਰ ਰੈਡੀ ਕਰਨ ਡੇ ਹਾਂ, ਅਤੇ ਇਹ ਆਪਾਂ ਹੋਲਡ 'ਤੇ ਪਾਇਆ, ਇਹ ਵੀ ਛੇਤੀ ਕੰਪਲੀਟ ਕਰਕੇ ਤੁਹਾਨੂੰ ਇਹਦੀ ਵੀਡੀਓ ਦਿੰਦੇ ਹਾਂ। ਅਤੇ ਤੁਸੀਂ ਬਹੁਤ ਸਾਰੇ ਮੈਸੇਜ ਆਉਂਦੇ ਸੀ ਤੁਹਾਡੇ ਵੀ ਸੂਟ ਜਿਹੜੇ ਰੈਡੀ ਕਰਦੇ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ, ਵੀਡੀਓ ਤਾਂ ਨਹੀਂ ਪਾਉਂਦੇ ਕਿ ਸਾਡੇ ਕੋਲ ਜਿੱਦਾਂ ਕਸਟਮਰ ਕਾਲੇ ਹੁੰਦੇ ਆ, ਮਿੰਟੋ ਮਿੰਟੀ ਸੂਟ ਜਿਹੜੇ ਰੈਡੀ ਕਰਕੇ ਆਪਾਂ ਨਾਲ ਦੀ ਨਾਲ ਹੀ ਭੇਜ ਦਿੰਦੇ ਉਹਨਾਂ ਨੂੰ। ਅਤੇ ਇਹ ਨੈਕਸਟ ਸੂਟ ਜਿਹੜਾ ਸੀ ਇਹ ਉਹ ਪਾੜਾ ਸਿਲਕ ਦੇ ਉੱਤੇ ਰੈਡੀ ਹੋਇਆ ਕਸਟਮਰ ਦਾ, ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਇਨ ਆ, ਇਹਦੇ ਆ ਗਿਆ ਨੈੱਕ ਦੇ ਉੱਤੇ ਡਿਜ਼ਾਇਨ, ਅਤੇ ਨਾਲ ਹੀ ਇਹਦੇ ਘੇਰੇ ਦੇ ਉੱਤੇ ਡਿਜ਼ਾਇਨ ਸੀ। ਇਹ ਕਸਟਮਰ ਦੀ ਚੋਇਸ ਸੀ ਵੀ ਛੋਟੀਆਂ ਛੋਟੀਆਂ ਬੂਟੀਆਂ ਵਾਲਾ ਡਿਜ਼ਾਇਨ ਜਿਹੜਾ ਮੈਨੂੰ ਬਣਾ ਕੇ ਦਿਓ, ਅਤੇ ਪਲੱਸ ਇਹਦੇ ਨਾਲ ਹੈਗੀਆਂ ਇਹਦੀਆਂ ਬੋਟਮ ਜਾਂ ਦੂਜਾ ਬਾਹਾਂ, ਫਿਲਹਾਲ ਇਹ ਬਾਹਾਂ ਹੈਗੀਆਂ, ਬਾਜੂ ਦਾ ਇਹਦੇ ਉੱਤੇ ਡਿਜ਼ਾਇਨ ਨਹੀਂ ਹੈਗਾ, ਉਹ ਸੋਰੀ ਬੋਟਮ ਦਾ ਨਹੀਂ ਹੈਗਾ, ਇਹ ਜਿਹੜਾ ਬਾਹਾਂ ਦਾ ਡਿਜ਼ਾਇਨ ਹੈ ਬੜਾ ਸੋਹਣਾ ਇਹਦਾ, ਇਹ ਵੀ ਕਸਟਮਰ ਦੀ ਚੋਇਸ ਦੇ ਉੱਤੇ ਸੀਗਾ, ਸੇਮ ਘੇਰੇ ਨਾਲ ਦਾ ਡਿਜ਼ਾਇਨ ਇਹਦੇ ਉੱਤੇ ਜਿਹੜਾ ਰੈਡੀ ਹੋਇਆ। ਆਹ ਲਓ ਜੀ ਇੱਕ ਹੋਰ ਡਿਜ਼ਾਇਨ ਜਿਹੜਾ ਰੈਡੀ ਹੋਣ ਡਿਆ, ਇਹ ਤੁਸੀਂ ਵੇਖ ਸਕਦੇ ਜੀ ਡਿਜ਼ਾਇਨ ਬੜਾ ਹੀ ਸੋਹਣਾ ਹੈ ਵੀ। ਆਹ ਲਓ ਆਹ ਡਿਜ਼ਾਇਨ ਹੈ, ਇਹਦੇ ਕੋਰਨਰ ਦੇ ਉੱਤੇ ਪੈਣਾ ਘੇਰੇ ਦੇ, ਅਤੇ ਕਸਟਮਰ ਦਾ ਘੇਰਾ ਜਿੱਦਾਂ ਸੀਗਾ 20 ਇੰਚ ਦਾ, ਅਤੇ ਉਹਦੇ ਕੋਰਨਰ ਦੇ ਉੱਤੇ ਡਿਜ਼ਾਇਨ ਹੈ ਬਹੁਤ ਜ਼ਿਆਦਾ ਸੋਹਣਾ, ਅਤੇ ਫੈਬਰਿਕ ਜਿਹੜਾ ਆ ਇਹ ਕਸਟਮਰ ਦਾ, ਇਹਦੇ ਨਾਲ ਮੈਚਿੰਗ ਬੋਟਮ ਹੈ ਸੇਮ ਰੈੱਡ ਕਲਰ ਦੀ, ਅਤੇ ਕਲਰ ਚੋਇਸ ਜਿਹੜੀ ਆ ਇਹ ਵੀ ਕਸਟਮਰ ਦੀ ਹੈ। ਆਹ ਇਹਦੇ ਇੱਕ ਕੋਰਨਰ ਦੇ ਉੱਤੇ ਜਿਹੜਾ ਡਿਜ਼ਾਇਨ ਹੈ ਇਹ ਆ ਪੈ ਚੁੱਕਾ, ਅਤੇ ਦੂਜੀ ਕੋਰਨਰ ਜਿਹੜੀ ਉਹ ਰੈਡੀ ਹੋਣ ਗਈ ਹੈ। ਤੁਸੀਂ ਵੀ ਆਪਣੇ ਡਿਜ਼ਾਇਨ ਦੇ ਕੇ ਜਿਹੜੇ ਰੈਡੀ ਕਰਾ ਸਕਦੇ ਜੀ। ਉੱਧਰੋਂ ਅਨਹਦ ਨੇ ਰੁਮਾਲ ਦੋ ਲਿਆਂਦੇ ਕੱਢ ਕੇ, ਕਹਿੰਦੀ ਪਾਪਾ ਜੀ ਇਹਨਾਂ ਦੋਵਾਂ ਦੇ ਉੱਤੇ ਇੱਕ ਦੇ ਉੱਤੇ ਇੱਕ ਮਕਾਰ ਬਣਾ ਦਿਓ, ਇੱਕ ਦੇ ਉੱਤੇ ਖੰਡਾ ਬਣਾ ਦਿਓ, ਅਤੇ ਇਹ ਮੈਂ ਗੁਰਦੁਆਰਾ ਸਾਹਿਬ ਬੰਨ੍ਹ ਕੇ ਜਾਇਆ ਕਰਨੇ ਆ। ਇਹ ਤੋਂ ਬਾਅਦ ਸੂਟ ਤੋਂ ਬਾਅਦ ਹੁਣ ਇਹ ਵੀ ਅਨਹਦ ਨੂੰ ਬਣਾ ਕੇ ਦੇਣੇ ਆ। ਬਾਕੀ ਤੁਸੀਂ ਆਪਣੇ ਔਡਰ ਜਿਹੜੇ ਜੇ ਦੇ ਸਕਦੇ ਜੇ ਆ ਜਾਓ, ਬਾਕੀ ਦੇ ਸੂਟ ਵੀ ਤੁਹਾਨੂੰ ਮੈਂ ਕਰਾਵਾਂ ਚੈੱਕ ਹੁਣ ਜਿਹੜੀ। ਹਾਂਜੀ ਲਓ ਜੀ ਇਹ ਸੂਟ ਹੋ ਗਿਆ ਜੇ ਰੈਡੀ, ਅਤੇ ਇਹ ਇਹਦੇ ਘੇਰੇ ਦੇ ਉੱਤੇ ਵਰਕ ਸੀਗਾ, ਅਤੇ ਕਸਟਮਰ ਨੇ ਆਪਣਾ ਜਿਹੜਾ ਸੀਗਾ 20 ਇੰਚ ਦਾ ਘੇਰਾ ਜਿਹੜਾ ਸੀ ਉਹ ਕਿਹਾ ਸੀ, ਉਹ ਰੈਡੀ ਹੋ ਗਿਆ। ਅਤੇ ਇਹ ਤੁਸੀਂ ਵੇਖ ਸਕਦੇ ਜੇ ਇਹਦਾ ਵਰਕ ਪਲੱਸ ਇਹਦੇ ਵਿੱਚ ਕਲਰ ਕੰਟਰਾਸਟ, ਅਤੇ ਇਹਦੇ ਨਾਲ ਜਿਹੜੇ ਬਾਹਾਂ ਦਾ ਡਿਜ਼ਾਇਨ ਆ ਉਹ ਹੁਣ ਅਜੇ ਪੈਂਡਿੰਗ ਆ, ਉਹ ਵੀ ਰੈਡੀ ਕਰਨਾ ਆ, ਪਰ ਉਹਦੇ ਵਿੱਚ ਥੋੜ੍ਹਾ ਜਿਹਾ ਡਿਜ਼ਾਇਨ ਜਿਹੜਾ ਚੇਂਜ ਕਰਨਾ ਕਸਟਮਰ ਨੇ, ਉਹ ਕਾਲ ਕੀਤੀ ਸੀ ਰਾਤੀ ਉਹਨਾਂ ਨੇ, ਅਤੇ ਸੋ ਤੁਹਾਨੂੰ ਮੈਂ ਇਹ ਜਿਹੜਾ ਹੁਣ ਫਿਲਹਾਲ ਦੀ ਘੜੀ ਇਹ ਡਿਜ਼ਾਇਨ ਜਿਹੜਾ ਆ ਇਹ ਇਹਨਾਂ ਤੁਹਾਨੂੰ ਮੈਂ ਦਿਖਾ ਦਿੰਦਾ। ਬਾਕੀ ਹੋਰ ਵੀ ਤੁਸੀਂ ਸੋਹਣੇ ਸੋਹਣੇ ਡਿਜ਼ਾਇਨ ਬਣਾਉਣੇ ਹੋਣਗੇ ਜਾਂ ਤੁਸੀਂ ਲੈਣੇ ਹੋਣਗੇ ਤਾਂ ਮੈਨੂੰ ਮੈਸੇਜ ਕਰ ਲਿਓ, ਅਤੇ ਮੈਂ ਤੁਹਾਨੂੰ ਡਿਜ਼ਾਇਨ ਸੈਂਡ ਕਰ ਦੂੰਗਾ, ਨਾਲ ਫੈਬਰਿਕ ਦੱਸ ਦੂੰਗਾ ਵੀ ਤੁਸੀਂ ਕਿਹੜਾ ਜਿਹੜਾ ਆ ਬਣਾ ਸਕਦੇ ਜੇ, ਕਿਹੜਾ ਲੈ ਸਕਦੇ ਜੇ, ਜਾਂ ਫੈਬਰਿਕ ਤੁਸੀਂ ਆਪਣਾ ਵੀ ਦੇ ਸਕਦੇ ਜੇ। ਅਤੇ ਬਾਕੀ ਹੋਰ ਨਵਾਂ ਸਟਾਕ ਅਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ ਯੂਟਿਊਬ ਚੈਨਲ ਦੇ ਨਾਲ ਜੁੜੇ ਰਹੋ, ਇੰਸਟਾਗ੍ਰਾਮ ਪੇਜ ਨੂੰ ਕਰਿਓ ਫੋਲੋ। ਫਿਰ ਮਿਲਦੇ ਹਾਂ ਜੀ, ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ।